ਪਾਇਰਨ ਸਤਕਾਰਯੋਗ 사త్సంగੇ ਜੀ ਰਸਨਾ ਪਵਿੱਤਰ ਕਰੀਏ ਧਾਕੀਏ ਧਾਂਸੀ ਸਾਧਗੁਰ ਜਗਜੀਤ ਸਿੰਘ ਜੀ ਧਾਂਸੀ ਦੇ ਸਾਧਗੁਰ ਉਦੇਸ ਸਿੰਘ ਜੀ 사త్సంగੇ ਜੀ ਗੁਰਬਾਣੀ ਵਿਚ ਆਉਂਦਾ ਹੈ ਜੀਏ দান ਕਾ ਲੀਕੋ دیا۔ ਇਹਦੇ ਪ੍ਰਤਾਏ ਕੀ ਕਥਾ ਹੈ ਉਹ ਅਸੀਂ ਅੱਜ ਸਰਵਣ ਕਰਾਂਗੇ। ਗੋਕੁਲ ਦੇ ਕੋਲ ਹੀ ਇੱਕ ਜਗ੍ਹਾ ਤੇ ਜਮੁਨਾ ਦੇ ਡੂੰਘੇ ਕੁੰਡ ਵਿੱਚ ਇੱਕ ਕਾਲੀ ਨਾਪ ਦਾ ਨਾਮ ਦਾ ਸੱਪ ਰਹਿੰਦਾ ਸੀ ਜਦ ਤੋਂ ਗਰੁੱਣ ਨੇ ਸੱਪਾ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤਦ ਤੋਂ ਹੀ ਇਹ ਕਾਲੀ ਗਰੁੱੜ ਤੋਂ ਡਰਦਾ ਹੋਇਆ ਇੱਥੇ ਜਮੁਨਾ ਵਿੱਚ ਆਣ ਕੇ ਲੁਕ ਬੈਠਾ ਸੀ ਉਸ ਦੇ 100 ਫਾਣ ਸਨ ਉਹਦੀ ਜ਼ਹਿਰ ਨਹੀਂ ਸੀ ਕਿ ਜਿਸ ਵੇਲੇ ਉਹ ਫੁੰਕਾਰਾ ਮਾਰਦਾ ਸੀ ਤਾਂ ਕਾਲੀ ਕੁੰਡ ਦਾ ਪਾਣੀ ਖੋਲਣ ਲੱਗ ਪੈਂਦਾ ਸੀ ਉਸ ਖੋਲ ਦੇ ਪਾਣੀ ਉਤੋਂ ਜਿਹੜਾ ਕੋਈ ਉੱਡਦਾ ਹੋਇਆ ਪੰਛੀ ਵੀ ਲੰਘ ਜਾਂਦਾ ਸੀ ਉਹ ਵੀ ਉਸ ਦੀ ਜ਼ਹਿਰ ਨਾਲ ਗਾਸ਼ ਖਾ ਕੇ ਡਿੱਗ ਪੈਂਦਾ ਅਤੇ ਮਰ ਜਾਂਦਾ ਸੀ ਉਸ ਖੋਲ ਦੇ ਹੋਏ ਪਾਣੀ ਦੇ ਕਿਨਕੇ ਹਵਾ ਨਾਲ ਉੱਡ ਕੇ ਜਿਸ ਵੀ स्त्री ਪੁਰਸ਼ ਜਾਂ ਪਸ਼ੂ ਪੰਛੀ ਦੇ ਸਰੀਰ ਉੱਤੇ ਜਾ ਪੈਂਦੇ ਸਨ ਉਹ ਵੀ ਮਰ ਜਾਂਦਾ ਸੀ ਇੱਕ ਦਿਨ ਭਗਵਾਨ શ્રીਕ੍ਰਿਸ਼ਨ ਜੀ ਨੇ ਬਾਲੀ ਲਾ ਕਰਦਿਆਂ ਹੋਇਆ ਵਿਚਾਰ ਕੀਤਾ ਇਸ ਕਾਲੀ ਨੇ ਜਮਨਾ ਦੇ ਪਾਣੀ ਨੂੰ ਬਹੁਤ ਖਰਾਬ ਕਰ ਦਿੱਤਾ ਹੋਇਆ ਹੈ ਇਸ ਲਈ ਇਸ ਨੂੰ ਇੱਥੋਂ ਕੱਢ ਦੇਣਾ ਚਾਹੀਦਾ ਹੈ ਇਹ ਵਿਚਾਰ ਕਰਕੇ ਪ੍ਰਭੂ ਨੇ ਇੱਕ ਉੱਚੇ ਸਾਰੇ ਕਦਮ ਕਦਮ ਬ੍ਰਿਚ ਉੱਤੇ ਛਾੜ ਕੇ ਵੱਡੇ ਜੋਰ ਨਾਲ ਕਾਲੀ ਕੁੰਡ ਵਿੱਚ ਛਾਲ ਮਾਰੀ ਤਾਂ ਕਾਲੀ ਨੂੰ ਵੀ ਪਤਾ ਲੱਗ ਗਿਆ ਜੋ ਕੋਈ ਆਦਮੀ ਮੇਰੇ ਤਲਾਓ ਵਿੱਚ ਆ ਗਿਆ ਹੈ ਉਸਨੇ ਵੀ ਕਰੋਧ ਕੀਤਾ ਉਸਦੇ ਕਰੋਧ ਨਾਲ ਸੌ ਮਨੁੱਖਾ ਜਿੰਨਾ ਉੱਚਾ ਪਾਣੀ ਉੱਛਲਿਆ ਉਧਰ ਬ੍ਰਿਜ ਵਾਸੀਆਂ ਨੂੰ ਪਤਾ ਲੱਗ ਗਿਆ ਜੋ ਕ੍ਰਿਸ਼ਨ ਜੀ ਕਾਲੀਕੁੰਡ ਵਿੱਚ ਡਿੱਗ ਬਏ ਹਨ ਫਿਰ ਸਾਰੇ ਹੀ ਗਵਾਲੇ ਗੋਪੀਆਂ ਨੰਦ ਤੇ ਜਿਸ਼ੋਦਾ ਆਦਕ ਰੋਂਦੇ ਕੁਰਲਾnde ਕਾਲੀਕੁੰਡਪੁਰ ਆ ਗਏ ਉਹਨਾਂ ਨੇ ਆ ਕੇ ਕੀ ਵੇਖਿਆ ਜੋ ਕੁੰਡ ਵਿੱਚ ਕ੍ਰਿਸ਼ਨ ਕਾਲੀ ਦਾ ਜੰਗ ਹੋ ਰਿਹਾ ਹੈ ਕਾਲੀ ਨੇ ਕ੍ਰਿਸ਼ਨ ਜੀ ਨੂੰ ਆਪਣੇ ਵਿੱਚ ਲਪੇਟ ਲਿਆ। ਕ੍ਰਿਸ਼ਨ ਜੀ ਨੇ ਸਰੀਰ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ। ਫਿਰ ਤਾਂ ਕਾਲੀ ਨੂੰ ਤਕਲੀਫ ਹੋਈ, ਉਸ ਦੀ ਛਾਟੀ ਵੱਲ ਖੋਲ ਦਿੱਤੇ। ਕ੍ਰਿਸ਼ਨ ਜੀ ਮੌਕਾ ਦਾੜ ਕੇ ਉਸ ਦੇ ਸਿਰ ਉੱਤੇ ਚੜ ਗਏ ਅਤੇ ਉੱਤੇ ਚੜ ਕੇ ਲੱਗੇ ਤਾਂਡਵ ਕਰਨ। ਜਿਸ ਵੀ ਫਾੜ ਨੂੰ ਉਹ ਉੱਚਾ ਕਰਦਾ ਉਸੇ ਉੱਤੇ ਜ਼ੋਰ ਦਾ ਪੈਰ ਮਾਰਦੇ। ਇਸ ਤਰ੍ਹਾਂ ਨਾਲ ਪੈਰਾ ਦੀਆਂ ਸੱਟਾਂ ਮਾਰ ਕੇ ਕਾਲੀ ਦੇ ਸਾਰੇ ਸਿਰ ਫੇਰ ਦਿੱਤੇ ਅਤੇ ਉਸ ਦੇ ਮੂੰਹ ਵਿੱਚੋਂ ਲਹੂ ਦੇ ਪਰनाले ਵਗਣ ਲੱਗ ਪਏ। ਉਸ ਵੇਲੇ ਕਾਲੀ ਦੀਆਂ 나ਗਣੀਆਂ ਨੇ ਭਗਵਾਨ ਅੱਗੇ ਬੜੀ ਹਮਿੰਤਾ ਕੀਤੀ ਆ। ਉਹਦਰ ਕਾਲੀ ਬੇਸੁਦੋਖੇ ਧਰਤੀ ਉੱਤੇ ਡਿੱਗ ਪਿਆ ਤਾਂ ਭਗਵਾਨ ਉਸ ਨੂੰ ਛੱਡ ਕੇ ਇੱਕ ਪਾਸੇ ਹੋ ਗਏ। ਜਦ ਕਾਲੀ ਨੂੰ ਸੂਰਤ ਆਈ ਤਾਂ ਭਗਵਾਨ ਨੇ ਫਰਮਾਇਆ ਕਾਲੀ ਤੂੰ ਇੱਥੇ ਨਹੀਂ ਰਹਿ ਸਕੇਂਗਾ ਤੇਰੇ ਰਹਿਣ ਨਾਲ ਅਨੇਕਾਂ ਜੀਵਾਂ ਨੂੰ ਦੁੱਖ ਬੜਤ ਹੁੰਦਾ ਹੈ ਅਤੇ ਤੇਰੇ ਨਾਲ ਵਿਆਕੁਲ ਪਸ਼ੂ ਪੰਛੀ ਨੂੰ ਇੱਥੋਂ ਦਾ ਪਾਣੀ ਪੀਕੇ ਤੇਰੇ ਜ਼ਹਿਰ ਕਰਕੇ ਮੌਤ ਹੋ ਜਾਂਦੀ ਹੈ ਇਸ ਲਈ ਤੂੰ ਆਪਣੀਆਂ ਇਸਤਰੀਆਂ ਪੁੱਤਰਾਂ ਦੇ ਪਰਿਵਾਰ ਸਮੇਤ ਇੱਥੋਂ ਨਿਕਲ ਕੇ ਸਾਗਰ ਵਿੱਚ ਚਲਾ ਜਾਓ ਹੁਣ देर ਨਾ ਕਰ ਤਾਕੀ ਗਉ ਗਰੀਬ ਇੱਥੋਂ ਦਾ ਪਾਣੀ ਪੀ ਸਕਣ ਤੇਰੇ ਇੱਥੇ ਰਹਿਣ ਕਰਕੇ ਉਹ ਇੱਥੇ ਨਹੀਂ ਆ ਸਕਦੇ ਮੇਰੀ ਇਸ ਕਾਲੀ ਦਮਨ ਲੀਲਾ ਨੂੰ ਜਿਹੜਾ ਕੋਈ ਸਾਂਝ ਸਵੇਰੇ ਪੜੇਗਾ ਉਸ ਨੂੰ ਸਰਪ ਜਾਤੀ ਦਾ ਭੈ ਪ੍ਰਾਪਤ ਨਹੀਂ ਹੋਏਗਾ ਤੂੰ ਇਸ ਕੁੰਡ ਨੂੰ ਛੱਡ ਕੇ ਝਾਟਪਾਟ ਹੀ ਰਮਣਕ ਦੀਪ ਨੂੰ ਚਲਾ ਜਾਓ ਮੇਰਾ ਬਾਹਨ ਗਰੁੜ ਹੁਣ ਤੇਰਾ ਕੁਝ ਬੂਰਾ ਨਹੀਂ ਕਰ ਸਕੇਗਾ ਮੂੰਡ تیر ਸਿਰ ਉਤੇ ਮੇਰੇ ਪੈਰਾਂ ਦੇ ਨਿਸ਼ਾਨ ਲੱਗ ਗਏ ਹਨ ਇਸ ਲਈ ਗਰੁੜ ਪਾਸੋਂ ਤੈਨੂੰ ਕੋਈ ਵੀ ਡਰ ਨਹੀਂ ਹੋਏਗਾ ਭਗਵਾਨ ਦੀ ਐ ਆਗਿਆ ਸੁਣ ਕੇ ਅਤੇ ਜੀਵਨ ਦਾਨ 바 ਕੇ ਕਾਲੀ नाग ਨੇ ਅਨੇਕ ਤਰ੍ਹਾਂ ਭਗਵਾਨ ਦੀ ਸੇਵਾ ਪੂਜਾ ਕੀਤੀ ਅਤੇ ਅਨੇਕ ਆਮਣੀਆਂ ਆਦਕ ਭੇਟ ਕੀਤੇ ਫਿਰ ਪ੍ਰਦਖਣਾ ਪ੍ਰਣਾਮ ਕਰਕੇ ਇਸਤਰੀ ਪੁੱਤਰ ਤੇ ਪਰਿਵਾਰ ਨੂੰ ਨਾਲ ਲੈ ਕੇ ਸਮੁੰਦਰ ਦੇ ਵਿਚਾਲੇ ਬਣੇ ਹੋਏ ਰਮਣਕ ਦੀਪ ਨੂੰ ਚਲਾ ਗਿਆ ਇਸ ਤਰ੍ਹਾਂ ਭਗਵਾਨ ਨੇ ਕਾਲੀ ਨੂੰ ਜੀਵਨ ਦਾਨ ਦਿੱਤਾ ਸੀ ਐਸਾ ਕਿ ਗੁਰਬਾਣੀ ਵਿੱਚ ਇਹ ਪੰਕਤੀ ਤੇ ਆਧਾਰਿਤ ਹੈ ਜੀਹ ਦਾਨ ਕਾ ਲੀ ਕੋ ਦਿਆ ਸਾਰੇ ਆਖ ਲੀਏ ਤਾਂ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਤਾਂ 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 ਭਗਵਾਨ ਕ੍ਰਿਸ਼ਨ ਜੀ ਉਹਨਾਂ ਰਿਚਨਾਤੇ ਸਾਡੀ ਸਭ ਦੀ ਡੰਡੋਤ ਬੰਦਨਾ ਹੈ